ਔਰ ਕਾਮੀ ਵੀ ਇਦਾਂ ਕੀਤੇ ਬੜੇ ਆਕੜ ਆਕੜ ਕੇ ਹੰਕਾਰ ਕੇ ਹੂੰ ਤੇ ਜਦੋਂ ਕੋਈ ਵੀ ਹੰਕਾਰੀ ਬੰਦਾ ਕਾਬੂ ਆਉਂਦਾ ਫਿਰ ਉਹਦਾ ਸਾਹ ਤਾਂ ਕੁੱਟਦਾ ਨਾ ਹੂੰ ਕੀ ਇਹਨਾਂ ਨੂੰ ਆਸ਼ੂ ਦਾ ਸਾਹ ਕੁੱਟਿਆ ਤਾਂ ਦਿਸਦਾ 10 ਮਿੰਟਾਂ 'ਚ ਹੂੰ ਕੀ ਕਦੀ ਇਹਨਾਂ ਨੂੰ ਬੰਦੀ ਸਿੰਘਾਂ ਦਾ ਸਾਹ ਹੂੰ ਕੁੱਟਿਆ ਦਿਸਿਆ ਹੂੰ ਔਰ ਜਾਂ ਫਿਰ ਇਹਨਾਂ ਕਾਂਗਸੀਆਂ 'ਚ ਮੈਂ ਕਹਾਂਗਾ ਹੌਸਲੇ ਹੈ ਨਹੀਂ ਹੂੰ ਤਾਂ ਫਿਰ ਬੰਦੀ ਸਿੰਘ ਨੇ ਤੇ ਉਹਨਾਂ ਦੀਆਂ ਮਾਵਾਂ ਨੇ ਹੂੰ ਜਿਨ੍ਹਾਂ ਕੁੱਖਾਂ 'ਚ ਉਹਨਾਂ ਜਨਮ ਲਿਆ ਅੱਜ ਵੀ ਉਹ ਜੋਧੇ ਜਿਹੜੇ ਨੇ ਜਕਾਰੇ ਲਾਉਂਦੇ ਸੀ ਤੁਹਾਨੂੰ ਜਿਹੜਾ ਖਿੜੇ ਮਿੱਥੇ ਜਿਹੜੇ ਹੈਗੇ ਉਹ ਮਿਲਣਗੇ ਹੂੰ ਸੋ ਇਹ ਵੀ ਇੱਕ ਮੈਂ ਤਾਂ ਕਹਾਂਗਾ ਕਿ ਆਪਦੀ ਬੇਇੱਜ਼ਤੀ ਕਰਾਉਣ ਵਾਲੀ ਗੱਲ ਏ ਜੇ ਸਾਧੂ ਸਿੰਘ ਧਰਮਸੋਤ ਹੋਇਆ ਸੀ ਉਹ ਸਾਰੇ ਬੱਚਿਆਂ ਦੇ ਵਜੀਫੇ ਖਾ ਗਿਆ ਹੂੰ ਤੇ ਪਿੱਛੋਂ ਕਹਿ ਰਿਹਾ ਸੀ ਉਹਦਾ ਭਤੀਜਾ ਕਿ ਸਾਨੂੰ ਜੀ ਪੁੱਛਿਆ ਨਹੀਂ ਗਿਆ ਜੀ ਸਾਨੂੰ ਕਬਰਾਟ ਹੋ ਰਹੀ ਅੱਧੀ ਰਾਤ ਨੂੰ ਸਾਨੂੰ ਪੱਟਿਆ ਗਿਆ ਤੇ ਜਿਨ੍ਹਾਂ ਦੇ ਘਰ ਤੁਸੀਂ ਪੱਟੇ ਨੇ ਹੂੰ ਜਿਨ੍ਹਾਂ ਦੇ ਘਰਾਂ 'ਚ ਤੁਸੀਂ ਹਨੇਰੇ ਕਰਤੇ ਨੇ ਜੇ ਬੱਚੇ ਨੂੰ ਵਜੀਫਾ ਨਹੀਂ ਮਿਲਿਆ ਉਹਦੀ ਪੜ੍ਹਾਈ ਵਿੱਚੇ ਛੁੱਟ ਗਈ ਉਹਨਾਂ ਦਾ ਨਹੀਂ ਜੀ ਕਾਲਾ ਪੈਂਦਾ ਹੂੰ ਜੇ ਆਸ਼ੂ ਮੰਤਰੀ ਦੀ ਗੱਲ ਕਰ ਗਏ ਤੇ ਜਦੋਂ ਇੱਕ ਡੀਓ ਮੈਡਮ ਨੂੰ ਜਿਹੜੀ ਕਿ ਇੱਕ ਜ਼ਿਲ੍ਹੇ ਦੀ ਬੜੀ ਰਿਸਪੈਕਟਡ ਪੋਸਟ ਹੈ ਜੇ ਉਹਦੀ ਇਨਸਲਟ ਹੋਊਗੀ ਤੇ ਉਹ ਬੱਚਿਆਂ ਤੇ ਕੀ ਅਸਰ ਜਾਊਗਾ ਟੀਚਰਾਂ ਤੇ ਕੀ ਅਸਰ ਜਾਊਗਾ ਕਿ ਮਿਨਿਸਟਰ ਹੁੰਦੇ ਆ ਇਹ ਵਿਹਾਰ ਕਰਨਾ ਚਾਹੀਦਾ ਸੀ ਹੂੰ ਸੋ ਇਹ ਬੜੀਆਂ ਜਿਹੜੀਆਂ ਹੈਗੀਆਂ ਨੇ ਆਪਦੀ ਵਾਰੀ ਜਦੋਂ ਆਪ ਦੇ ਨੂੰ ਸ਼ੇਕ ਲੱਗਦਾ ਪਤਾ ਤਾਂ ਫੇਰ ਹੀ ਲੱਗਦਾ ਹੂੰ ਤੇ ਮੈਂ ਨਹੀਂ ਸਮਝਦਾ ਵੀ ਕਿਸੇ ਵੀ ਕਾਂਗਸੀ ਚ ਹੁਣ ਐਡਾ ਦਮ ਹੈਗਾ ਹੂੰ ਜੇ ਤੁਸੀਂ ਡੀਜੀਪੀ ਦੇ ਦਫ਼ਤਰ ਗਏ ਹੋ ਜੀ ਤੇ ਫਿਰ ਗੱਲ ਕਰਕੇ ਆਓ ਬਹਿ ਕੇ ਆਓ ਉੱਥੇ ਲਾ ਲੋ ਤਰਨਾ ਹੂੰ ਉਹਨਾਂ ਨੂੰ ਪੁੱਛੋ ਜੇ ਤੁਹਾਨੂੰ ਪਹਿਲਾਂ ਹੀ ਪਤਾ ਕਿ 18 ਤਰੀਕ ਦਾ ਪਰਚਾ ਹੈ ਹੂੰ ਤੇ ਫਿਰ ਕੋਟਰਾ ਹੀ ਉਹਨੂੰ ਪੇਸ਼ ਕਰਾ ਦਿਓ ਹੂੰ ਤੁਹਾਡੇ ਕੋਲ ਸਾਰਾ ਕੁਝ ਹੈ ਲੇਕਿਨ ਇਹ ਡਰਾਮਾ ਨਾ ਕਰੋ ਹੂੰ ਜਿੰਨਾ ਡਰਾਮਾ ਕਰੋਗੇ ਉਹ ਤੁਹਾਡਾ ਖਾਦਾ ਜਿਹੜਾ ਹੈਗਾ ਜਗ ਜੈਰ ਹੋਊਗਾ ਹੂੰ ਮੈਂ ਭਗਵੰਤ ਮਾਨ ਦਾ ਪ੍ਰਚਸ ਸੰਗੜੀ ਹੈਗਾ ਲੇਕਿਨ ਭਗਵੰਤ ਮਾਨ ਜੇ ਕਹੀਏ ਵੀ ਇਸ ਕ腐ਸ਼ਨ ਦੇ ਮਸਲੇ 'ਚ ਕੁਝ ਠੀਕ ਕਰਦੇ ਆ ਹੂੰ ਮੈਂ ਤੁਸੀਂ ਇੱਕ ਗੱਲ ਕੀਤੀ ਹੈ ਕਿ ਬੰਦੀ ਸਿੰਘਾਂ ਨੂੰ 20-20 ਸਾਲ ਹੋ ਗਏ ਤੇ 10 ਮਿੰਟਾਂ ਚ ਸਭ ਘੁੱਟਣ ਲੱਗ ਗਿਆ। ਬਿਲਕੁਲ ਜੀ। ਬੰਦੀ ਸਿੰਘ ਦੇਣ ਕਿਹਨਾਂ ਦੀ ਹੈ? ਉਹ ਬੰਦੀ ਸਿੰਘ ਸਾਰੇ ਦੇਖੋ ਜੀ ਇਹ ਸਾਰ ਬਿੰਦ ਸਿੰਘ ਦੇ ਟਾਈਮ ਤੋਂ ਹਮ ਕੇ ਪੀਐਸ ਗਿੱਲ ਦੇ ਟਾਈਮ ਤੋਂ ਹਮ ਜੇ ਸੰਜੀਦਾ ਹੁੰਦੇ ਹਮ ਤੇ ਜੇ ਉਹਨਾਂ ਕੋਈ ਕਿਸੇ ਨੇ ਕੌਮ ਨੂੰ ਜਿਹੜਾ ਹੈਗਾ ਉਹ ਸਲਹਿਰ ਚ ਹਮ ਜੇ ਕੋਈ ਉਨੀ ਕੀ ਹੋ ਗਿਆ ਜਾਂ ਕੁਰਬਾਨੀਆਂ ਹੋਈਆਂ ਤੇ ਜੇ ਕੋਈ ਬੰਦੀ ਸਿੰਘ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਸੀ ਜਿਸ ਤਰ੍ਹਾਂ ਕਿ ਮੈਂ ਇੱਕ ਬਿਆਨ ਸੁਣਿਆ ਸੀ ਜਦੋਂ ਰਵਨੀਤ ਬਿੱਟੂ ਜੀ ਦਾ ਜਦੋਂ ਦਿੱਲੀ ਮੋਰਚੇ ਤੇ ਗਏ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਜੇ ਸੈਂਟਰ ਜਿਹੜਾ ਹੈਗਾ ਐ ਤਿੰਨੇ ਕਾਲੀ ਕਾਨੂੰਨ ਖੇਤੀ ਵਾਪਸ ਲੈ ਲੈਣ ਤੇ ਅਸੀਂ ਆਪਦੇ ਪਰਿਵਾਰ ਦੀ ਸਹਿਮਤੀ ਨਾਲ ਇਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਦੇ ਖਾਸ ਕਰਕੇ ਰਾਜਵਰ ਸਾਹਿਬ ਦਾ ਨਾਮ ਲਿਆ ਗਿਆ ਤੇ ਹਾਲਾਂਕਿ ਰਵਨੀਤ ਬਿੱਟੂ ਮੇਰੇ ਅੱਛੇ ਫਰੈਂਡ ਨੇ ਇਹ ਨਹੀਂ ਕੋ ਦੋ ਰਿਆ ਪਰ ਮੈਂ ਚਾਹਣਾ ਮੇਰੇ ਮਨ ਚ ਕਈ ਵਾਰੀ ਬਲਬਲਾ ਉੱਠਦਾ ਕਿ ਮੈਂ ਰਵਨੀਤ ਬਿੱਟੂ ਜੀ ਨਾਲ ਗੱਲ ਕਰਾਂ ਕਿ ਭਰਾ ਜੀ ਤੁਸੀਂ ਜੋ ਜ਼ੁਬਾਨ ਕੀਤੀ ਨਾ ਹੂੰ ਤੁਸੀਂ ਉਹਨੂੰ ਪੂਰਾ ਕਰੋ ਹੂੰ ਤੁਸੀਂ ਪੂਰਾ ਕਰੋ ਜੇ ਤੁਹਾਡੇ ਕਰਨ ਨਾਲ ਬੰਦੀ ਸਿੰਘਾਂ ਨਾਲ ਉਹਨਾਂ ਨੂੰ ਰਹੀ ਮਿਲਦੀ ਏ ਤੇ ਜੇ ਕਿਤੇ ਜਾਣੇ ਨਾ ਜਾਣੇ ਚ ਆਪਣੇ ਖਾਨਦਾਨ ਚ ਕਿਸੇ ਆਪਣੇ ਵੱਡ ਬਡੇਰੇ ਤੋਂ ਕੁ ਹੋਇਆ ਏ ਤੇ ਹੋ ਸਕਦਾ ਉਹ ਪਾਪ ਇੱਕ ਧੁੱਪ ਸਕਦਾ